ਖਬਰ ਲੁਧਿਆਣਾ ਦੀ ਹੈ ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਸ਼ਰਾਬ ਦੀ 19 ਨਜਾਇਜ਼ ਪੇਟੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਕਿ ਇਸ ਦੌਰਾਨ ਉਸਦਾ ਇੱਕ ਸਾਥੀ ਮੌਕੇ ਤੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਸਫਲ ਰਿਹਾ। ਫੜੀ ਗਈ ਸ਼ਰਾਬ ਤੇ ਸੇਲ ਆਫ ਚੰਡੀਗੜ੍ਹ ਰਾਜਸਥਾਨੀ ਵਿਕਸੀ ਲਿਖਿਆ ਹੋਇਆ ਸੀ। ਨਾਕਾਬੰਦੀ ਦੌਰਾਨ ਫੜੇ ਗਏ ਵਿਅਕਤੀ ਦੀ ਪਹਿਚਾਣ ਅਮਿਤ ਕੁਮਾਰ ਨਾਮ ਵਿਅਕਤੀ ਤੋਂ ਹੋਈ ਹੈ, ਜੋ ਕਿ ਲੰਬੇ ਸਮੇਂ ਤੋਂ ਸ਼ਰਾਬ ਦਾ ਧੰਦਾ ਕਰਦਾ ਆ ਰਿਹਾ ਹੈ। ਇਸ ਬਾਰੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਸਰਾ ਦੋਸ਼ੀ ਮਾਸਟਰ ਮਾਈਂਡ ਦੀ ਭਾਲ ਜਾਰੀ ਹੈ, ਜਿਸ ਨੂੰ ਕਾਬੂ ਕਰਨ ਤੋਂ ਬਾਅਦ ਅਹਿਮ ਖੁਲਾਸੇ ਹੋ ਸਕਦੇ ਨੇ। ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਮੁਤਾਬਕ ਨਸ਼ਾ ਦੀ ਰੋਕਥਾਮ ਲਈ ਜੋ ਮੁਹਿੰਮ ਚਲਾਈ ਗਈ ਹੈ, ਉਸ ਦੌਰਾਨ ASA ਰਜਿੰਦਰ ਸਿੰਘ ਨੇ ਅੰਬੇਦਕਰ ਨਗਰ ਤੋਂ ਰਾਤੀ 228 ਬੋਤਲਾਂ, ਟੋਟਲ 9 ਪੇਟੀਆਂ ਰਾਜਸਥਾਨੀ ਵਿਸਕੀ, ਜਿਸ 'ਤੇ ਓਨਲੀ ਸੇਲ ਚੰਡੀਗੜ੍ਹ ਲਿਖਿਆ, ਬਰਾਮਦ ਕੀਤੀ ਹੈ, ਜਿਸ ਵਿੱਚ ਇੱਕ ਦੋਸ਼ੀ ਅਮਿਤ ਕੁਮਾਰ ਪੁੱਤਰ ਰਜਿੰਦਰ ਸਿੰਘ ਵਾਸੀ ਅੰਬੇਦਕਰ ਨਗਰ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ। ਦੂਜਾ ਦੋਸ਼ੀ ਸਨੀ ਉਰਫ ਲੱਠਾ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ। ਇਹਨਾਂ ਦੇ ਉੱਤੇ ਅਮਿਤ ਕੁਮਾਰ ਦੇ ਉੱਤੇ ਪਹਿਲਾਂ 2 ਪਰਚੇ ਦਰਜ ਹੈ ਜੀ ਸ਼ਰਾਬ ਦੀ, ਔਰ ਸਨੀ ਦੇ ਉੱਤੇ ਵੀ ਇੱਕ ਮੁਕੱਦਮਾ ਪਹਿਲਾਂ ਦਰਜ ਹੈ ਜੀ। ਇਹ ਸਰ ਜਿਹੜਾ ਦੂਜਾ ਦੋਸ਼ੀ ਮੇਨ ਮਾਸਟਰ ਮਾਈਂਡ ਹੈ ਜੀ, ਅਤੇ ਉਹਦੇ ਫੜਨ 'ਤੇ ਹੀ ਪੂਰੇ ਰਾਜ ਹੋਣਗੇ, ਜਲਦੀ ਗ੍ਰਿਫਤਾਰ ਕਰਕੇ ਇਹਦਾ ਵੀ ਖੁਲਾਸਾ ਕੀਤਾ ਜਾਵੇ। ਧੰਨਵਾਦ। ਲੁਧਿਆਣਾ ਤੋਂ ਦੀਪਕ ਪੁਰੀ ਦੀ ਰਿਪੋਰਟ।